ਇਹ ਸੁੰਨੀਆਂ ਗਲੀਆਂ ਸੰਗਰੂਰ ਦੇ ਪਿੰਡ ਤੱਕੀਪੁਰ ਦੀਆਂ ਨੇ ਜਿੱਥੇ ਕਰੋਨਾ ਨੇ ਐਸਾ ਕਹਿਰ ਢਾਇਆ ਹੈ ਕਿ ਪੂਰੇ ਇਲਾਕੇ 'ਚ ਸੋਗ ਦੇ ਨਾਲ ਨਾਲ ਦਹਿਸ਼ਤ ਦਾ ਮਾਹੌਲ ਹੈ। ਦੱਸਦੀ ਕਿ ਕਰੋਨਾ ਨੇ ਇਸ ਪਿੰਡ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਲੈ ਲਈ ਹੈ। ਪਿੰਡ ਦੇ ਸਾਬਕਾ ਸਰਪੰਚ, ਉਸਦੇ ਦੋ ਪੁੱਤਰਾਂ ਅਤੇ ਇੱਕ ਧੀ ਦੀ ਕਰੋਨਾ ਦੇ ਨਾਲ ਮੌਤ ਹੋ ਚੁੱਕੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਰਾ ਪਿੰਡ ਇਸ ਘਟਨਾ ਤੋਂ ਬਾਅਦ ਸਦਮੇ 'ਚ ਹੈ ਅਤੇ ਆਪਣਾ ਬਚਾਅ ਕਰ ਰਿਹਾ ਹੈ। ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਨੇ। ਇਹ ਜੀ ਜ਼ਿਮੀਂਦਾਰ ਥਾਣਾ, ਸਿੱਖ ਪਰਿਵਾਰ ਸੀ, ਬਹੁਤ ਠੀਕ ਪਰਿਵਾਰ ਸੀ ਜੀ। ਬਸ ਮਹਾਰਾਜ ਦੇ ਪਾਣਾ ਵਰਤਿਆ, ਕੋਈ ਕਹਿ ਨਹੀਂ ਸਕਦੇ ਜੀ ਕੀ ਹੋਇਆ ਕੀ ਨਹੀਂ। ਕਰੋਨਾ ਨਾਲ ਕਹਿੰਦੇ ਵੀ ਮੌਤ ਹੋ ਗਈ ਜੀ, ਉਹਦੀ ਪਤਾ ਲੱਗਾ ਲਾਸ਼ਾਂ ਆ ਗਈਆਂ ਜੀ, ਚਾਰ ਲੋਕਾਂ ਦੀ। ਇੱਕ ਤਾਂ ਤਲੋਕ ਸਿੰਘ ਸਰਪੰਚ ਸੀ ਜੀ, ਦੂਜਾ ਜਸਵੰਤ ਸਿੰਘ ਸੀ ਜੀ ਉਹਦਾ ਬੇਟਾ, ਅਤੇ ਇੱਕ ਆਪਣਾ ਜਪਾਲ ਸਿੰਘ, ਇਹ ਚਾਰ। ਆਹੋ ਜਪਾਲ ਸਿੰਘ ਅਤੇ ਜਪਾਲ ਸਿੰਘ ਦੋਵੇਂ ਭਰਾ ਹਨ। ਗੁੱਡੀ ਦਾ ਨਾਂ ਦਾ ਨਹੀਂ ਮੈਨੂੰ ਪਤਾ ਜੀ। ਹਾਂ ਬੇਟੀ ਉਹ ਸੈਦ ਕੋਲ। ਹਾਂਜੀ ਬਿਲਕੁਲ ਠੀਕ ਨੇ, ਟੈਸਟ ਕਰਾਇਆ। ਕੱਲ੍ਹ ਡੀ ਸੀ ਸਾਹਿਬ ਵੀ ਆਏ ਸਨ, ਉਹ ਵੀ ਹੋ ਕੇ ਗਏ ਨੇ ਇਹਨਾਂ ਦੇ ਘਰੋਂ। ਜੋ ਸਰਕਾਰ ਦਾ ਕੰਮ ਉਹ ਕਰਦੀ ਹੈ, ਸਰਕਾਰ ਇਹਨਾਂ ਦੇ ਪੂਰੀ ਹੱਥ ਰੱਖਦੀ ਹੈ ਵੀ ਜੋ ਕੰਮ ਕਰਦੀ ਹੈ। ਇਹ ਤਾਂ ਜੀ ਸਾਰੇ ਡਰਦੇ ਨੇ, ਪਰ ਮੇਨ ਤਾਂ ਇਹ ਕੰਮ ਹੈ। ਦੂਜਾ ਆਪਾਂ ਆਪਣਾ ਪਰਹੇਜ਼ ਰੱਖਦੇ ਨੇ ਜੀ, ਆਪਦਾ ਆਪਦਾ ਨਾਂ ਕੇ ਲੈਂਦੇ ਨੇ, ਦਵਾਈ ਲੈਂਦੇ ਨੇ, ਦੱਪਾ ਲੈਂਦਾ, ਜੇ ਕੋਈ ਢਿੱਲਾ ਮੱਠਾ ਹੋ ਜਾਂਦਾ। ਹੋਰ ਤੱਕ ਜੀ ਹੁਣ ਕੋਈ ਪਤਾ ਕੀ ਪੈਂਦਾ, ਲੋਕ ਅੰਦਰਾਂ 'ਚ ਵੜੇ ਨੇ, ਸਹਿੰਬੇ ਪਏ ਨੇ, ਲੋਕ ਡਰਦੇ ਬਹੁਤ ਪਏ ਨੇ। ਹਾਂਜੀ ਹਾਂ, ਡਰ ਦਾ ਮਾਹੌਲ ਬੋਲ ਕੁਛ ਨਹੀਂ ਕਹਿ ਸਕਦੇ ਜੀ। ਚੰਗੇ ਭਲੇ ਸੀ, ਆਪਣਾ ਦਾਣਾ ਪੱਕਾ ਸਾਮਿਆ ਉਹਨਾਂ ਨੇ, ਬਸ ਅਚਾਨਕ ਹੀ ਢਿੱਲੇ ਮੱਠੇ ਹੋਏ ਨੇ। ਬਸ ਪਤਾ ਉਦੋਂ ਹੀ ਲੱਗਿਆ ਜੀ ਜਦੋਂ ਉਹਨਾਂ ਦੀ ਡੈਥ ਹੋਈ, ਦੋਵਾਂ ਭਰਾਵਾਂ ਦੀ, ਇੱਕ ਦੀ ਅੱਜ ਹੋਊਗੀ, ਇੱਕ ਦੀ ਅਗਲੇ ਦਿਨ ਹੋਊਗੀ। ਉਸ ਟਾਈਮ ਸਾਰਾ ਕੁਝ ਮੈਂ ਮੰਨ ਕੇ ਚੱਲੋ ਜੀ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਸਾਰਾ ਕੁਝ ਹੋਇਆ ਜੀ। ਬਹੁਤ ਵਧੀਆ ਜੀ, ਉਹਨਾਂ ਨੇ 10 ਸਾਲ ਸਰਪੰਚੀ ਕੀਤੀ ਹੈ ਜੀ ਸਾਡੇ ਪਿੰਡ 'ਚ, ਅਤੇ ਮਤਲਬ ਬਹੁਤ ਵਧੀਆ ਰਿਲੇਸ਼ਨ ਸੀ ਉਹਨਾਂ ਦੇ ਪਿੰਡ ਦੇ ਨਾਲ। ਮਾੜੇ ਬੰਦੇ ਦੇ ਨਾਲ ਖੜ੍ਹਦੇ ਸੀ ਹਰ ਟਾਈਮ, ਬਹੁਤ ਹੀ ਵਧੀਆ ਸੀ। ਅੱਗੇ ਬੇਟੇ ਸੀਗੇ, ਬੇਟਿਆਂ ਦਾ ਵੀ ਬਹੁਤ ਵਧੀਆ ਵਿਹਾਰ ਸੀ ਪਿੰਡ ਦੇ ਵਿੱਚ, ਉੱਧਰ ਉੱਧਰ ਹੀ ਆਪਸਦਾਰੀ ਦੇ ਵਿੱਚ ਬਹੁਤ ਹੀ ਵਧੀਆ ਸੀਗੇ। ਸਾਡੇ ਮਨ ਨੂੰ ਤਾਂ ਬਹੁਤ ਦੁੱਖ ਆਇਆ ਜੀ ਇਹ ਗੱਲ ਸੁਣ ਕੇ। ਬਾਕੀ ਹੁਣ ਕਹਿ ਨਹੀਂ ਸਕਦੇ, ਕੁਝ ਭਰ ਤਾਂ ਸਕਦੇ ਨਹੀਂ ਜੀ ਆਪਾਂ, ਜੋ ਮਾਲਕ ਦਾ ਪਾਉਣਾ। ਹੁਣ ਉਹਨਾਂ ਦੇ ਜਾਂ ਦੋ ਤੇ ਘਰ ਵਾਲੀਆਂ ਨੇ ਜੀ, ਦੋਵਾਂ ਬੱਚਿਆਂ ਦੀਆਂ, ਬੱਚੇ ਨੇ ਉਹਨਾਂ ਦੇ ਦੋ, ਛੋਟੇ ਦੇ ਬਰਾਦਰ ਦੇ ਦੋ ਬੇਟੇ ਨੇ, ਵੱਡੇ ਬਰਾਦਰ ਦੇ ਦੋ ਬੇਟੇ ਨੇ, ਉਹਦੇ ਬੇਟੀ ਇੱਕ ਬੇਟਾ ਜੀ। ਬਿਲਕੁਲ ਜੀ, ਸਾਡੇ 2 ਦਿਨਾਂ ਤੋਂ ਵੈਕਸੀਨ ਲੱਗ ਰਹੀ ਹੈ, ਡਾਕਟਰਾਂ ਦੀ ਟੀਮਾਂ ਆਉਂਦੀਆਂ ਨੇ, ਵੈਕਸੀਨ ਵਗੈਰਾ ਲਗਾਉਂਦੇ ਨੇ। ਬਹੁਤ ਹੀ ਡਰ ਪੈਦਾ ਹੋਇਆ ਪਿਆ ਲੋਕਾਂ ਦੇ ਮਨਾਂ 'ਚ, ਲੋਕ ਬਿਲਕੁਲ ਵੇਖੋ ਕਿ ਤੁਸੀਂ ਗਲੀਆਂ ਸੁਣਨ ਸਾਰ ਪਈਆਂ ਨੇ, ਕੋਈ ਘਰਾਂ ਤੋਂ ਬਾਹਰ ਨਹੀਂ ਨਿਕਲ ਰਿਹਾ, ਉਹ ਵੀ ਕਿਸੇ ਦੀ ਮਜਬੂਰੀ ਹੈ ਅਤੇ ਘੰਟਾ 2 ਘੰਟੇ ਬਾਹਰ ਜਾਂਦਾ ਜੀ। ਬਸ ਜੀ ਅਸੀਂ ਤਾਂ ਲੋਕਾਂ ਨੂੰ ਇਹੀ ਮੈਸੇਜ ਦੇਵਾਂਗੇ ਵੀ ਜੀ ਆਪਣੀ ਵੈਕਸੀਨ ਲਗਾਓ, ਮਾਸਕ ਪਾ ਕੇ ਰੱਖੋ, ਬਾਹਰ ਨਾ ਨਿਕਲੋ, ਘਰਾਂ ਦੇ ਅੰਦਰ ਹੀ ਰਹੋ। ਹਫ਼ਤਾ 10 ਦਿਨ ਦੀ ਗੱਲ ਹੈ, ਉਸ ਤੋਂ ਬਾਅਦ ਬਿਮਾਰੀ ਚਲੀ ਜਾਣੀ ਬੋਲਦੇ ਨੇ, ਬਾਕੀ ਵੈਕਸੀਨ ਲੱਗ ਜਾਣੀ ਸਭ ਨੂੰ। ਸਾਡੇ ਪਿੰਡ ਤਾਂ 2-3 ਦਿਨ ਤੋਂ ਲਗਾਤਾਰ ਡਾਕਟਰਾਂ ਦੀਆਂ ਟੀਮਾਂ ਵਗੈਰਾ ਆ ਰਹੀਆਂ ਨੇ, ਵੈਕਸੀਨ ਲਗਾ ਰਹੀਆਂ ਨੇ, ਚੈੱਕਅਪ। ਨਹੀਂ ਜੀ ਹੋਰ ਅਜੇ ਤੱਕ ਕੋਈ ਮਾਮਲਾ ਨਹੀਂ, ਕੱਲ੍ਹ ਨੂੰ ਕੋਈ ਆ ਜੇ ਕਹਿ ਨਹੀਂ ਸਕਦੇ ਜੀ, ਅਜੇ ਤੱਕ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਇਸੇ। ਦੱਸ ਦੇਈਏ ਕਿ ਦੇਸ਼ ਭਰ 'ਚ ਕਰੋਨਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਸਰਕਾਰ ਵੱਲੋਂ ਕਰੋਨਾ ਨੂੰ ਲੈ ਕੇ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਜ਼ਰੂਰਤ ਹੈ ਸੰਕਟ ਦੀ ਇਸ ਘੜੀ 'ਚ ਸਰਕਾਰ ਦੁਆਰਾ ਜਾਰੀ ਹਦਾਇਤਾਂ ਦਾ ਪਾਲਣ ਕਰਨ ਦੀ, ਤਾਂ ਜੋ ਆਪਣਾ ਅਤੇ ਆਪਣਿਆਂ ਦਾ ਬਚਾਅ ਕੀਤਾ ਜਾ ਸਕੇ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।